जोर भी लाला भाई जोर भी लाला लाई तो जानी है लाई पता नहीं तू किथे जाना है जोर लाला ए जोर किसे वास्ते रखे आया तू मेरे को फिर जिहड़ा है लाई ले तेरे को जिहड़ा है या उदो भी कह रहे भी जिन्नी पई है सरदाई ओनी पड़ा दे लाई पता नहीं तू किथे जाना यार हद हो गई आ तू भी सह ले जाना फल ला तू भी कुछ गल्ला करन दे बहुतियां चीज लैन जाओ ते चीज अगो कहिंदी दफा हो जाओ भी दफा हो जाओ कहने चलो साडे को पैसे ही नहीं है कल मैं उन्हें जाके गया मैं क्या भी आ केले किदा लाए है कहता पा बड़े तंग होके लाए है मैं क्या भी गल तो तेरी सही है जारा पैसे मंगाई इन्नी है यार हाथी नहीं लगता आ सिगटा नहीं हूँ तुम वेख लो भी पहला आते होंगे सी सिगट 120 रुपये से है डब्बी कैप्टन की आ जाती सी हूँ 250 की हुई है हाँ 250 की डब्बी करती जाते हो ना भी 2 इंच सिगट भी बधाया होगट ओना ही है फिल्टर भी ओना ही है पैसे बधा देंगे साड़ी हुकूमत बदमाशी कर रही है साढ़े ते साढ़े बदमाशी चल जो साडे को पैसे ही नहीं हैगे ते चीज ने कहना ही है दफा हो जा साडे को पैसे होण ते फेर ही आ लै पापल तैनू मुबारक होवे खैर मुबारक होवे तुहानू भी मुबारक होवे अबे ने कुड़ी वेख लई आ कहिंदे हुण तेरे दिन रखणे आ ਵਿਆਹ ਹੋਣ ਲੱਗਾ ਈ ਪਾਪਲ ਮੇਰਾ ਨਾ 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 ਇਹ ਗਲਤੀ ਤੂੰ ਜ਼ਿੰਦਗੀ ਚ ਨਹੀਂ ਕਰਨੀ ਹੈਗੀ ਵਿਆਹ ਕਰਾਉਣ ਦੀ ਕਿਉਂ ਉਹ ਬੰਦਾ ਵੈਸੇ ਹੀ ਫਸ ਜਾਂਦਾ ਆ ਵਿਆਹ ਕਰਾ ਕੇ ਤੂੰ ਵਿਆਹ ਕਰਾਉਣ ਤੁਰਿਆ ਆ ਇੱਥੇ ਇਕੱਲਿਆ ਗੁਜ਼ਾਰਾ ਨਹੀਂ ਹੋਣ ਡਿਆ ਤੇ ਵਿਆਹ ਤਾਂ ਕਹੀ ਜਾਣ ਡਿਆ 4 ਦਿਨ ਵਿਆਹ ਦੇ ਹੁੰਦੇ ਆ ਉਸ ਤੋਂ ਬਾਅਦ ਮੁਸੀਬਤਾਂ ਹੀ ਆ ਉਹ ਨਹੀਂ ਭਾ ਪੱਲਾ ਕੁੜੀ ਚੰਗੀ ਭਲੀ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਨੂੰ ਕੀ ਕਰਨਾ ਵੀ ਤੂੰ ਉੱਥੇ ਕਿਹੜਾ ਮਤਲਬ ਵੋਟਾਂ ਲਹਾਉਣੀਆਂ ਉਹਦੇ ਕੋਲ ਪੜ੍ਹੀ ਲਿਖੀ ਨੂੰ ਕੀ ਕਰਨਾ 6 ਜਮਾਤਾਂ ਪੜ੍ਹੀ ਆ ਅਗਲੀ ਲੈ 6 ਜਮਾਤਾਂ ਕਰੇ 6 ਜਮਾਤਾਂ ਤਾਂ ਜੀਜੇ ਆ ਭੱਲੀ ਪੜ੍ਹਿਆ ਹੋਵੇ ਆ 9 ਜਮਾਤਾਂ ਤਾਂ ਭੱਲੀ ਪੜ੍ਹਿਆ ਆ ਬੈਠਾ ਸਾਡੇ ਕੋਲ ਆ ਭਾ ਪੱਲ ਤੂੰ ਓਦਾਂ ਹੀ ਸੜਨ ਦੇ ਆ ਹੋਰ ਗੱਲ ਕੋਈ ਨਹੀਂ ਹੈਗੀ ਜਾਣਦੇ ਕਾਕਾ ਤੈਨੂੰ ਲਿਆਉਣੇ ਪੈਣੇ ਜਦੋਂ ਕਿਹਾ ਨਾ ਪੈਂਪਰ ਲੈ ਕੇ ਆਇਆ ਤੇ ਦੁੱਧ ਲੈ ਕੇ ਆਇਆ ਤੇ ਨਾਲ ਆਇਆ ਤੇ ਤੈਨੂੰ ਲੱਗ ਲੋ ਜਾਣੀ ਹੈ ਤੇ ਜਦੋਂ ਮੰਗਿਆਈ ਹੈ ਕੋਲ ਪੈਸੇ ਨਹੀਂ ਤੇ ਤੂੰ ਤਾਂ ਬੁੱਢੀ ਬੱਚਿਆਂ ਸਮੇਤ ਵਾਪਸ ਕਰਨ ਜਾਣੀ ਹੈ ਵੀ ਯਾਰ ਰੱਖ ਲਓ ਜੀ ਮੰਗਿਆਈ ਇੰਨੀ ਹੈ ਇਹਦੇ ਨਾਲੋਂ ਬਿਹਤਰ ਆ ਇਕੱਲਾ ਬੰਦਾ ਅਵੇ ਅਸੀਂ ਬੈਠੇ ਹਾਂ ਅਸੀਂ ਆਰਾਮ ਨਾਲ ਬੈਠੇ ਨਾ ਫਿਕਰ ਨਾ ਬਾਕਾ ਸਾਨੂੰ ਕੋਈ ਗੱਲ ਹੀ ਨਹੀਂ ਹੈ ਸਕੂਨ ਨਾਲ ਆਪਣਾ ਬੈਠੇ ਉਹ ਪਾਪਲ ਜਦੋਂ ਘਰ ਜਾਈਦਾ ਨਾ ਤੇ ਅਗਲੀ ਬੁੱਢੀ ਜਿਹੜੀ ਆ ਰੋਟੀ ਪਕਾ ਕੇ ਅੱਗੇ ਰੱਖਦੀ ਆ ਮੰਜੀ ਡੜਦੀ ਆ ਠੰਡਾ ਪਾਣੀ ਲੈ ਕੇ ਆਉਂਦੀ ਇੰਨਾ ਸਕੂਨ ਮਿਲਦਾ ਘਰ ਜਾਇਆ ਤੇ ਕਿ ਜਿਹੜੇ ਬੁੱਢੀ ਨਹੀਂ ਹੈਗੀ ਉਹਨਾਂ ਦੇ ਘਰ ਤੱਤਾ ਪਾਣੀ ਡੋਲਦੇ ਆ ਵੀ ਉਹਦੇ ਤੱਤਾ ਪਾਣੀ ਡੋਲਦੇ ਆ ਉਹਦੇ ਅੱਗੇ ਰੋਟੀ ਚੁੱਕ ਲੈਂਦੇ ਆ ਰੋਟੀ ਉਦੋਂ ਵੀ ਘਰ ਦੇ ਦਿੰਦੇ ਆ ਉਹ ਨਹੀਂ ਦਿੰਦੇ ਸਿਆਣੇ ਕਹਿੰਦੇ ਆ ਵੀ ਜਿਹੜੀ ਜਿਹੜੀ ਬੁੱਢੀ ਦੇ ਹੱਥ ਦੀ ਰੋਟੀ ਆ ਉਹਦੇ ਨਾਲ ਦੀ ਗੱਲ ਨਹੀਂ ਹੈਗੀ ਦੁਨੀਆ ਤੇ ਲੈ ਉਹਦੇ ਨਾਲ ਦੀ ਕਿਉਂ 2 ਜੋੜ ਕੇ ਪਕਾਉਂਦੀ ਆ
ਰੋਟੀ ਦੇਖੋ ਜਿੱਦਾਂ ਦੀ ਘਰ ਪੱਕਦੀ ਹੈ ਉਦਾਂ ਦੀ ਰੋਟੀ ਉਹਨੇ ਪਕਾਉਣੀ ਹੈ ਭੱਲੀ ਕਿਤੇ ਉਹਨੇ ਚਾਰ ਜੋੜ ਲੈਣੀ ਹੈ ਯਾਰ ਰੋਟੀਆਂ ਉਹ ਨਹੀਂ ਉਹ ਭਾ ਮੈਂ ਤੈਨੂੰ ਇਹ ਗੱਲ ਦੱਸਦਾ ਜਦੋਂ ਬੰਦਾ ਸਵੇਰੇ ਸਵੇਰੇ ਕੰਮ ਤੇ ਜਾਂਦਾ ਵਾ ਰੋਟੀ ਨਾਲ ਬੰਨ ਕੇ ਦਿੰਦੀ ਆ ਉਸ ਤੋਂ ਇਲਾਵਾ ਜਾਣ ਲੱਗਿਆ ਦੁਆਵਾਂ ਦਿੰਦੀ ਇਹੋ ਜਿਹੀਆਂ ਛਾਵਾਂ ਦੁਆਵਾਂ ਦਿੰਦੀ ਹੈ ਤੂੰ ਦੁਆਵਾਂ ਏਡੀ ਤੂੰ ਕਿਤੇ ਬਹੁਤੀ ਤੂੰ ਰੱਖੀ ਦੁਆਵਾਂ ਵਾਲੀ ਦੁਆਵਾਂ ਉਦੋਂ ਵਾਪਸ ਹੋ ਜਾਂਦੀਆਂ ਜਦੋਂ ਉਹਨਾਂ ਨੂੰ ਪੈਸੇ ਚਾਹੀਦੇ ਆ ਤੂੰ ਨਹੀਂ ਵੇਖੀ ਜਦੋਂ 1100 ਰੁਪਈਏ ਤਾਂ ਤੇਰਾ ਮੀਟਰ ਲਾਉਣ ਆਏ ਤੈਨੂੰ ਲੱਗ ਲੋੜ ਜਾਣੀ ਯਾਰ ਪਾਪਲ ਤੈਨੂੰ ਇਸ ਗੱਲ ਦਾ ਪਤਾ ਵਾ ਕਿ ਜਦੋਂ ਸਹੁਰਿਆਂ ਨਾਲ ਜਾਈਦਾ ਵਾ ਕਿੱਡੀ ਸੋਹਣੀ ਰੋਟੀ ਪਕਾ ਕੇ ਕਿੰਨੀ ਇੱਜ਼ਤ ਕਰਦੇ ਆ ਪੈਂਦਾ ਵਾਲੀ ਸਾਈਡ ਤੇ ਦਰੀ ਵਿਛਾਉਂਦੇ ਆ ਹੈਂ ਪੱਖਾ ਸਾਰਾ ਜਵਾਈ ਵੱਲ ਨੂੰ ਕਰ ਦਿੰਦੇ ਦਰੀ ਤੇ ਦਰੀ ਤੇ ਬਿਮਾਰ ਆਦਮੀ ਨੂੰ ਬਹੁਤ ਸੋਹਣੀ ਵਿਛਾ ਕੇ ਦਿੰਦੇ ਆ ਵੀ ਇਹਨੇ 4 ਦਿਨ ਰਹਿਣਾ ਖਰਿਆ ਜਾਣ ਵਾਲਾ ਹੀ ਆ ਦਰੀ ਤੇ ਉਹਨੂੰ ਵੀ ਬੜੀ ਚੰਗੀ ਦਿੰਦੇ ਆ ਹੁਣ ਦਰੀ ਦੇ ਸਿਰ ਤੇ ਵਿਆਹ ਕਰਾ ਲਾ ਭਾਈ ਤੂੰ ਹੱਦ ਹੋ ਗਈ ਆ ਬਈ ਮੈਂ ਕਹਿੰਦਾ ਮਹਿੰਗਾਈ ਨੇ ਲੱਗ ਤੋੜੇ ਪਏ ਆ ਇਹਨੂੰ ਵਿਆਹ ਦਾ ਪਿਆ ਆ ਕੰਮ ਤੇ ਤੂੰ ਜਾਂਦਾ ਕੋਈ ਨਹੀਂ ਕੰਮ ਤੇ ਜਾਣ ਦਾ ਕੀ ਫਾਇਦਾ ਜਿਹਦੇ ਹੱਥਾਂ ਤੇ ਤਨਖਾਹ ਰੱਖਣੀ ਆ ਉਹ ਘਰ ਹੋਏ ਤਨਖਾਹ ਕੰਮ ਕਰਨਾ ਤੇ ਰੱਖਣਾ ਆ ਤਨਖਾਹ ਕਾਲੇ ਇਲਮ 'ਚ ਰੱਖ ਦੇਣੀ ਆ ਕਾਲੇ ਇਲਮ 'ਚ ਆਉਣੀ ਆ ਤੂੰ ਕੰਮ ਤੇ ਜਾਣਾ ਆ ਕੋਈ ਮਹੀਨਾ ਦੋ ਮਹੀਨੇ ਲਾਉਣੇ ਕਾਕਾ ਮੇਰੀ ਪੈਸੇ ਆਉਣੇ ਆ ਤੇ ਕੰਮ ਤੇ ਮੈਂ ਜਾਣਾ ਵਾਂ ਕੰਮ ਤੇ ਕਰਦਾ ਨਹੀਂ ਮੈਂ ਤਾਂ ਜਾਣਾ ਆ ਮੈਂ ਤਾਂ ਜਦੋਂ ਵੇਖਿਆ ਰੋਡ ਤੇ ਫਿਰੀ ਜਾਣਾ ਜਦੋਂ ਦੇਖਿਆ ਰੋਡ ਤੇ ਉੱਥੇ ਕੁੱਤੇ ਫਿਰੀ ਜਾਂਦੇ ਬਿੱਲੇ ਫਿਰੀ ਜਾਂਦੇ ਉੱਥੇ ਤੂੰ ਫਿਰੀ ਜਾਂਦੇ ਕੁੱਤਿਆਂ ਬਿੱਲਿਆਂ 'ਚ ਰਲਾਉਂਦੇ ਆ ਮੈਨੂੰ ਯਾਰ ਕੋਈ ਗੱਲ ਕਰਨ ਵਾਲੀ ਕਰ ਪਾ ਹੁਣ ਸਿਆਸਤਦਾਨਾਂ 'ਚ ਲੜਾ ਰਵਾਂ ਦੂਸਰੇ ਦਿਨ ਅੰਦਰ ਹੋ ਜਵੇਂ ਤੂੰ ਤੈਨੂੰ ਮੈਂ ਚੰਗਾ ਨਹੀਂ ਸਮਾਂ ਉਹਨਾਂ ਦੇ ਵਿੱਚ ਲੜਾਇਆ ਵੀ ਜਿਹਨਾਂ ਦੇ ਵਿੱਚ ਹੱਥ ਕੜੀ ਵੀ ਨਹੀਂ ਲੱਗਦੀ ਫੜੋ ਵੀ ਕੋਈ ਨਹੀਂ ਹੈ ਹੱਦ ਹੋ ਗਈ ਕਿਉਂ ਭੱਲੀ ਇਹ ਭੱਲੀ ਤੂੰ ਵਾਵਾ ਵਿੱਚ ਪਾਇਆ ਹਰ ਭੱਲੀ ਮੇਰਾ ਯਾਰ ਆ ਬਚਪਨ ਦਾ ਯਾਰ ਆ ਭੱਲੀ ਤੇ ਮੈਂ ਅਸੀਂ ਇਕੱਠੇ ਲਗੋਟੀਏ ਰਹੇ ਆ ਓਏ ਉਹ ਤੇਰੇ ਨਾਲ 54 ਸਾਲ ਵੱਡਾ ਵਾ ਬਚਪਨ ਦਾ ਕਿਦਾਂ ਭਾਪ ਜਿਹੜਾ 54 ਸਾਲ ਵੱਡਾ ਹੋਵੇ ਉਹ ਯਾਰ ਨਹੀਂ ਹੁੰਦਾ ਉਹ ਹੁੰਦਾ ਵਾ ਯਾਰ ਪਰ ਚਾਚਾ ਕਹਿ ਕੇ ਯਾਰ ਕਿਹਾ ਕਰ ਉਹਨੂੰ ਗੱਲਾਂ ਕਰੀ ਜਾ ਰਹੇ ਆ ਆਪਲ ਮਜ਼ਦੂਰ ਆਦਮੀ ਦੀ ਇਹੀ ਜ਼ਿੰਦਗੀ ਆ ਮਜ਼ਦੂਰ ਆਦਮੀ ਦੀ ਭਾਈ ਕੋਈ ਜ਼ਿੰਦਗੀ ਨਹੀਂ ਜਿੱਡੀ ਮਹਿੰਗਾਈ ਹੋ ਗਈ ਆ ਹੁਣ ਕੋਈ ਜ਼ਿੰਦਗੀ ਨਹੀਂ ਆ ਪਰ ਮੈਂ ਤੇ ਸੋਚ ਲਿਆ ਵਾ ਆਬੇ ਨੇ ਵਿਆਹ ਕਰਨਾ ਵਾ ਆਬੇ ਨਾ ਕਰ ਆਬੇ ਨੇ ਕਰਨਾ ਆ ਤੇ ਉਹਦੇ ਹਾਲ ਦੇਖ ਕੇ ਨਸੀਹਤ ਕਰ ਲੈ ਉਹ ਨਹੀਂ ਆਬੇ ਨੇ ਮੇਰਾ ਕਰਨਾ ਵਾ ਉਹਦਾ ਤੇ ਹੋਇਆ ਵਾ ਉਹ ਲੇਕਿਨ ਦੋਨੇ ਦੂਸਰਾ ਕਰੀ ਕਰਨਾ ਨਹੀਂ ਨਹੀਂ ਉਹ ਅੰਮੀ ਜਿਹੜੀ ਆ ਨਾ ਉਹ ਅੱਲਾ ਜਨਤਾ ਜੀ ਘਰ ਕਰੇ ਉਹ ਤੇ ਫੌਤ ਹੋ ਗਈ ਆ ਚੰਗਾ ਹੋ ਗਿਆ ਮਹਿੰਗਾਈ ਤੇ ਪਹਿਲਾਂ ਮਰ ਗਈ ਚੰਗਾ ਹੋ ਗਿਆ ਕਿਉਂਕਿ ਮਹਿੰਗਾਈ ਨੇ ਵੀ ਤਾਂ ਮਾਰ ਹੀ ਦੇਣੀ ਸੀ ਵੀ ਜੇ ਰੋਟੀ ਨਹੀਂ ਟਾਈਮ ਨਾਲ ਪੱਕਣੀ ਉਹਨੇ ਵਿਚਾਰੀ ਨੇ ਮਰਨਾ ਹੀ ਆ ਹੋਰ ਕੀ ਕਰੂ ਉਹ ਪਾਪਲ ਕੋਈ ਮਹਿੰਗਾਈ ਨਾਲ ਨਹੀਂ ਮਰਦਾ ਬੰਦੇ ਆਪਣੀ ਆਈ ਨਾਲ ਮਰਦੇ ਆ ਓਏ ਆਪਣੀ ਆਈ ਨਾਲ ਭਾਈ ਘੱਟ ਮਰਦੇ ਆ ਆਏ ਗਏ ਨਹੀਂ ਬਹੁਤਾ ਮਰਦੇ ਆ ਤੈਨੂੰ ਕੀ ਪਤਾ ਹੋਵੇ ਉਹ ਤੂੰ ਹੋ ਚ ਹੋਵੇਂ ਤਾਂ ਤੈਨੂੰ ਕੋਈ ਗੱਲ ਕਰੇ ਮੈਂ ਹੋ ਜਾ ਗਿਆ ਮੈਂ ਤੁਰੇ ਜਾਂਦੇ ਨੇ ਚਾਹ ਡੋਲ ਦਿੰਦਾ ਪੈਰ ਤੇ ਪੈਰ ਰੱਖ ਦਿੰਦਾ ਮੈਂ ਤੁਰੀ ਜਾਂਦੀ ਬੱਸ 'ਚ ਵੱਜ ਜਾਂਦਾ ਮੈਂ ਤੇ ਸੋਚਿਆ ਸੀ ਵੀ ਆਪਣੇ ਦਿਲ ਦੀਆਂ ਗੱਲਾਂ ਕਰਾਂਗਾ ਪਾਪਲ ਮਰਜੀ ਆ ਤੈਨੂੰ ਅਸੀਂ ਮਸ਼ਵਰਾ ਦਿੱਤਾ ਹੈ ਭੱਲੀ ਵੀ ਵਿਆਹ ਨਾ ਕਰਾਂ ਵੀ ਤੇਰੇ ਕੋਲ ਨਹੀਂ ਪਾਰ ਚੁੱਕਿਆ ਜਾਣਾ ਕਿਉਂ ਨਹੀਂ ਚੁੱਕਿਆ ਜਾਣਾ ਮੈਂ 14:30 ਉਹ ਤੇਰੇ ਕੋਲ ਤਾਂ ਪਾਣੀ ਵਾਲਾ ਪੀਪਾ ਨਹੀਂ ਚੁੱਕਿਆ ਜਾਂਦਾ ਤੂੰ ਭਾਰ ਦੀ ਗੱਲ ਕਰੀ ਜਾ ਮੈਂ ਕੱਲ 14:30 ਸਵੇਟ ਦੂਜੀ ਬਿਲਡਿੰਗ ਤੇ ਸੁੱਟੀ ਆ ਉਹ ਤੂੰ ਵੀ ਤੇਰੀ ਅੱਖ ਵੀ ਤੇ ਖੁੱਲ ਗਈ ਸੀ ਹੈ ਨਾ ਤੂੰ ਕਿਤੇ ਸੁੱਤਾ ਪਿਆ ਸੀ ਤੇ ਕਿਤੇ ਸਿੱਟਦਾ ਰਿਹਾ ਸਾਡੀਆਂ ਕਮਾਈਆਂ ਐਵੇਂ ਰੁੜੀ ਜਾਂਦੇ ਆ ਸਾਨੂੰ ਕੋਈ ਕਹਿਣ ਵਾਲੀ ਹੈ ਹੀ ਨਹੀਂ ਵੀ ਲੈ ਤੇਰੀਆਂ ਕਮਾਈਆਂ ਰੁੜੀ ਜਾਣੀ ਆ ਕਰਿਆਨੇ ਵਾਲੇ ਨੇ ਧਾਰ ਗਈ ਐ ਨਾ ਤੇਰੀ ਕਮਾਈ ਰੁੜੀ ਜਾਂਦੀ ਮੈਂ ਤਾਂ ਜੋ ਤੇਰਾ ਵਾਕ ਪੜਿਆ ਮੈਂ ਅੱਜ ਤੱਕ ਕਦੀ ਤੇ ਕੋ 500 ਭੱਲੀ 500 ਕਦੀ ਬੱਜਾ ਵੇਖਿਆ ਹੀ ਨਹੀਂ ਇਹਦੇ ਕੋਲ ਨਾ ਇਹਨੂੰ ਮੈਂ ਕਦੀ ਭੱਲੇ ਖਾਂਦੇ ਆ ਵੇਖਿਆ ਨਾ ਇਹਨੂੰ ਮੈਂ ਕਿਤੇ 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 ਚੰਗੀ ਜਗ੍ਹਾ ਤੇ ਚੀਜ਼ ਖਾਂਦੇ ਆ ਵੇਖਿਆ ਏਦਾਂ ਹੀ ਵੇਖਿਆ ਜਿੱਦਾਂ ਬੈਠਾ ਹੈ ਉਹ ਤੂੰ ਮੈਨੂੰ ਵੇਖਣਾ ਕਿਹੜੀ ਗੱਲ ਤੈਨੂੰ 500 ਵਿਖਾ ਕੇ ਤੇ ਮੈਂ ਇੱਥੇ ਸਾਰਾ 500 ਰਗੜਾ ਲਵਾਂ ਇੱਥੇ ਲੈ ਰਗੜਾ ਲਵਾਂ ਤੈਨੂੰ ਪੈਸੇ ਕਿਹੜੀ ਗੱਲੋਂ ਵਿਖਾਵਾਂ 500 ਰੁਪਈਆ ਤੂੰ ਨਹੀਂ ਵੇਖਿਆ ਮੈਂ ਵੇਖਿਆ ਪਿਛਲੀ ਤੇ 500 ਰੁਪਈਆ ਮੇਰੀ ਜੇਬ 'ਚ ਸੀ ਉਹ ਅਗਲੀ ਤੱਕ ਰਿਹਾ ਵਾ ਚੰਗਾ ਭਾਈ ਤੇਰਾ ਜਿੱਦਾਂ ਦਿਲ ਕਰਦਾ ਨਾ ਤੂੰ ਉਦਾਂ ਕਰ ਲੈ ਤੂੰ ਸਾਡੀ ਗੱਲ ਨਾ ਮੰਨ ਭਾਈ ਜਿੱਦਾਂ ਤੇਰਾ ਦਿਲ ਕਰਦਾ ਤੂੰ ਉਦਾਂ ਕਰ ਲੈ ਤੂੰ ਵਿਆਹ ਕਰ ਲੈ ਸਾਡਾ ਵੀ ਦਿਲ ਕਰਦਾ ਵਾ ਸਾਨੂੰ ਸਾਡੀ ਜਨਾਨੀ ਕਵੇ ਐਦ ਕੀ ਮਰੀ ਲੈ ਕੇ ਜਾਓ ਹੈ ਮੈਂ ਉਦਾਂ ਹੀ ਉੱਥੇ ਪਹਾੜੀ ਇਲਾਕੇ 'ਚ ਖੱਜਲ ਹੋ ਕੇ ਆ ਜਾਂਦਾ ਉਹ ਜਿੰਦੀ ਤੂੰ ਲੈ ਕੇ ਨਹੀਂ ਜਾਂਦਾ ਮਰੀ ਤੂੰ ਲੈ ਕੇ ਜਾ ਰਹੀ ਹੈ ਦੇਖੀ ਯਾਰ ਕੈਸਾ ਬੰਦਾ ਆ ਇਹ ਆਪ ਜਿੱਲ ਜਾਣਾ ਤੇ ਜਿੰਦੀ ਨੂੰ ਲਿਜਾ ਪਤਾ ਲੱਗੇ ਉਹਨੂੰ ਉਹ ਪਾਪਲ ਤੂੰ ਪੈਂਸਰੇ ਤੋਂ ਅੱਗੇ ਨਹੀਂ ਗਿਆ ਮਰੀ ਇੱਕ ਇਲਾਕੇ ਦਾ ਨਾਮ ਆ ਜਿੱਥੇ ਠੰਡੀਆਂ ਹਵਾਵਾਂ ਚੱਲਦੀਆਂ ਬਰਫਾਂ ਪੈਂਦੀਆਂ ਤੇ ਤੂੰ ਕਹਦੇ ਕਾਕਾ ਉੱਥੇ ਜਾਣੇ ਸੜਿਆ ਆ ਵੀ ਤੇਰੇ ਛਾਲੇ ਨਿਕਲੇ ਆ ਤੈਨੂੰ ਬਰਫੀਲਾ ਬਰਫ ਵਾਲਾ ਇਲਾਕਾ ਚਾਹੀਦਾ ਆ ਤੂੰ ਘਰ ਬੈ ਤੂੰ ਬਹੁਤੀ ਬਰਫ਼ ਵੇਖਣੀ ਹੈ ਤੇ ਤੂੰ ਬਲਾਕ ਲਿਆ ਕੇ ਤੇ ਮੂਧਾ ਪੈ ਜਾ ਉੱਤੇ ਇਹ ਕਿ ਵੀ ਮੈਂ ਮਰੀ ਆਇਆ
तेन कदी घर गया तेरी इज्जत हुई आ किसी ने रोटी पूछी तेन तेनू ते कुत्ते ठीकरे पानी पियांदे अगले तेरे ठीकरे च मैं पींदा ही नहीं मैं तेरे ठीकरे च पींदा ही नहीं कुत्ते ठीकरे ते तन पीवा जे मैं तेरे ठीकरे नूं मूंह लांदा होवां मैं ते तेनू बुला के राजी ए किसे दा घर वसण च राजी उंज नहीं हैगा मैं तेरे घर दे विच कदों अनार चलाता है अनार चलाउण तो घट करन दे आ तू है तेरे घर च मैं बंब रख दित्ता आ तेरे न्याणे जिहड़े तारां नाल चुंबड़ गए आ मैं रोटी ते दो रोटियां खानी आया ते तेन 2000 दे गया मैं क्यों तेरी को लत नवी पवाई एडा मेनू की जरूरत है जी जान दी व्याह तू बड़ी भी ना व्याह ते मैं कहते बनना मेनू केड़ी जरूरत है व्याह बनन दी दस ਤੈਨੂੰ ਪਤਾ ਨਹੀਂ ਕਿੱਦਾਂ ਵੰਡ ਦੇਣਾ ਆ ਜਦੋਂ ਘਰ ਜਾ ਕੇ ਕਿਸੇ ਕੋਲ ਰੋਟੀ ਮੰਗਦਾ ਵਾ ਸ਼ਰਮ ਤੇ ਨਹੀਂ ਆਉਂਦੀ ਹੋਣੀ ਹੈ ਉਦੋਂ ਕਿਉਂ ਸ਼ਰਮ ਕਿਉਂ ਨਹੀਂ ਆਉਂਦੀ ਹੈਗੀ ਮਾਂ ਪਿਓ ਆ ਭੈਣ ਭਰਾ ਆ ਰੋਟੀ ਸਾਨੂੰ ਨਹੀਂ ਦੇਣੀ ਤੇ ਕਿਹਨੂੰ ਦੇਣੀ ਕਦੀ ਇਹਨੇ ਟਗਾ ਉਹਨਾਂ ਦੇ ਹੱਥੇ ਨਹੀਂ ਰੱਖਿਆ ਤੇ ਰੋਟੀ ਮੈਂ ਹੱਥ ਤੇ ਰੱਖਦਾ ਹੀ ਨਹੀਂ ਮੈਂ ਜੇਬ 'ਚ ਪਾ ਕੇ ਆ ਜਾਂਦਾ ਮਾਂ ਮੇਰੀ ਤਾਂ ਹੁਣ ਤੱਕ ਲੇਟ ਹੋ ਜਾਏ ਤੇ ਰੋਟੀ ਲੈ ਕੇ ਬੈਠੀ ਹੁੰਦੀ ਆ ਹਾਂ ਤੇ ਤੇਰੀ ਵਿਆਹ ਕਰਵਾ ਲਾ ਵਿਆਹ ਕਰਾਉਣ ਤੋਂ ਬਾਅਦ ਰੋਟੀ ਲੈ ਕੇ ਨਹੀਂ ਤੇਰੀ ਕਾਰ ਵਾਲੀ ਨੇ ਬਹਿਣਾ ਸੋਟੀ ਲੈ ਕੇ ਤੇਰੇ ਲਈ ਬਹਿਣਾ ਹੈ ਸੋਟੀ ਲੈ ਕੇ ਕਿਹੜੀ ਬਾਂਦਰ ਆ ਮੈਂ ਬਾਂਦਰਾਂ ਨਾਲ ਪੱਤਰ ਆ ਵੀ ਜਦ ਪੈਸੇ ਹੀ ਨਹੀਂ ਦੇਣੇ ਸੋਟੀ ਖਾਣੀ ਆ ਸੋਟੀ ਗੱਲ ਪਤਾ ਕੀ ਆ ਬੰਦਾ ਤਿਆਰ ਸ਼ਿਆਰ ਹੋਵੇ ਕੋਈ ਕਹਿਣ ਵਾਲੀ ਹੋਵੇ ਵੀ ਤੈਨੂੰ ਕੱਪੜੇ ਫੱਬਣ ਦੇ ਤਿਆਰ ਹੋਣ ਕੀ ਮੁਸ਼ਕਪੂਰ ਲਾ ਲਵੇ ਬੰਦਾ ਹੁਣ ਵੀ ਨੱਗ ਚ ਰੂ ਦੇ ਲਵੇ ਬੰਦੇ ਨੇ ਕਿਤੇ ਅਗਲੀ ਤਿਆਰੀ ਕਰਨੀ ਆ ਜਿਹੜੀ ਤਿਆਰੀ ਹੋਈ ਆ ਆਮ ਬੰਦਾ ਨਹਾ ਕੇ ਕਰ ਲੈਂਦਾ ਹੈ ਇਹਨੂੰ ਤਾਂ ਕਦੀ ਇਹ ਨਹੀਂ ਕਿਸੇ ਨੇ ਕਿਹਾ ਵੀ ਜੁੱਤੀ ਦਾ ਤੂੰ ਇੱਕ ਪੈਰ ਹੋਰ ਪਾ ਲਿਆ ਦੂਜਾ ਪਾ ਲਿਆ ਇਹਨੂੰ ਇੰਨਾ ਕਕਲ ਤੁਸੀਂ ਯਾਰ ਬਣਾ ਕੇ ਬੈਠੇ ਇਹਨੂੰ ਲੈ ਵਾਹ ਬਈ ਵਾਹ ਵੀ ਸਾਡੀਆਂ ਦੋ ਜੁੱਤੀਆਂ ਇਹਦੀ ਜਿਹੜੀ ਮਰਜ਼ੀ ਪਈ ਹੈ ਜਾਂ ਤਾਂ ਮੈਨੂੰ ਤੇਰੀ ਜੁੱਤੀ ਪਾਉਂਦੇ ਤਾਂ ਫੇਰ ਸਾਡੇ ਕੋਲ ਚਾਰ ਚਾਰ ਜੋੜੇ ਜਿਹੜੇ ਮਰਜ਼ੀ ਭੱਲੀ ਪਾਈਏ ਅਸੀਂ ਮੈਂ ਬੜਾ ਸੋਹਣਾ ਬੱਕਰਾ ਕਰਨਾ ਵਿਆਹ ਦੇ ਉੱਤੇ ਕਿਸੇ ਦਾ ਨਾ ਘਰ ਬੈਠੀ ਐ ਵੀ ਅੰਦਰ ਨਾ ਹੋ ਜੀ ਬਰੇ ਦਿਨਾਂ ਦੇ ਦਿਨ ਮੈਂ ਆਪਣਾ ਕਰਾਂਗਾ ਆਪਣਾ ਤਾਂ ਤੂੰ ਕਰ ਹੀ ਨਹੀਂ ਸਕਦਾ ਸਾਰੀ ਜ਼ਿੰਦਗੀ ਕਿਉਂ ਨਹੀਂ ਕਰ ਸਕਦਾ ਮੈਂ ਹੈ ਉਹ ਕਿਤੇ ਨਾ ਕੰਧ ਤੇ ਬੱਕਰਾ ਬਣਾ ਲਾ ਜਦੋਂ ਕੁਰਬਾਨੀ ਦਾ ਟਾਈਮ ਆਵੇ ਤੇ ਉਹਦੇ ਗਲੇ ਚੋਂ ਇੱਟ ਕੱਢ ਲੈ ਕਹਿਰੀ ਹੋ ਗਈ ਕੁਰਬਾਨੀ ਹੋ ਗਈ ਕੁਰਬਾਨੀ ਮੈਂ ਵਿਆਹ ਲਈ ਕਰਨਾ ਵਾ ਕੁਰਬਾਨੀ ਲਈ ਲਹਿਦਾ ਕਰਾਂਗੇ ਬੱਕਰਾ ਉਦੋਂ ਅਸੀਂ ਵਿਹੜਾ ਕਰਨਾ ਵਾ ਵਿਆਹ ਲਈ ਵਿਆਹ ਬਾਅਦ ਤੁਹਾਨੂੰ ਕੱਟਾ ਲੱਭ ਜੇ ਬੜੀ ਗੱਲ ਆ ਮਿੱਠੇ ਚੌਲ ਪਕਾਉਣੇ ਆ ਭਾ ਨਾਨ ਨਾਲ ਹੈ ਮਤੰਜਣ ਪਕਾਉਣਾ ਮਿੱਠੇ ਚੌਲਾਂ ਮਿੱਠੇ ਚੌਲ ਕਹਤੇ ਤੂੰ ਰੂਹ ਵੀ ਦਿਆ ਕਰਨੀ ਹੈ ਵੀ ਮਿੱਠੇ ਚੌਲ ਤੂੰ ਪਕਾਉਣੇ ਸਾਰਿਆਂ ਨੇ ਪਕਾਉਣੇ ਆ ਰਾਤੀ ਆਇਆ ਨਹੀਂ ਮਤੰਜਣ ਆਪਣੇ ਕੋਲ ਉਹ ਰੂਹ ਆਪਣੇ ਘਰ ਲੈ ਕੇ ਆਉਣੀ ਆ ਆਪਣੇ ਘਰ ਵਾਲੀ ਐਂ ਸੋਹਣੇ ਬੱਚੇ ਹੋਣਗੇ ਮੋਢਿਆਂ ਤੇ ਖੇਡਣਗੇ ਸਾਡੀ ਵੀ ਜ਼ਿੰਦਗੀ ਬਣ ਲੈ ਮੋਢਿਆਂ ਤੇ ਖੇਡਣ ਬਾਂਦਰੀ ਦੇ ਬੱਚੇ ਆ ਉਹ ਵੀ ਮੋਢੇ ਤੇ ਕਿੱਧਰ ਖੇਲੀ ਜਾਣੇ ਕਿੱਧੀ ਖੇ ਕੇ ਨਹੀਂ ਇੱਕ ਟਾਈਮ ਜਿੱਦ ਨੌ ਨੌ ਬੱਚੇ ਹੋਣੇ ਕਿਤੇ ਬੱਚਾ ਤੇ ਇੱਕ ਹੁੰਦਾ ਇਨਸਾਨੀ ਉਹ ਵੀ ਜੇ ਹੋਵੇ ਤਾਂ ਫੇਰੀ ਆ ਕਿ ਤੈਨੂੰ ਪਤਾ ਹੋਊਗਾ ਵੀ ਵਿਆਹ ਤੇਰਾ ਆ ਕਿ ਮੇਰਾ ਹੈ ਤੇਰਾ ਤੇ ਘਰ ਹੀ ਹੈ ਨਹੀਂ ਆ ਤੈਨੂੰ ਹਰੇ ਇੱਥੇ ਆ ਮੇਰਾ ਘਰ ਨਹੀਂ ਹੈਗਾ ਮੈਂ ਨਾਲੀ ਚ ਬਣਾ ਲਈ ਆ ਮੈਂ ਪੈਰ ਦੇਣੀ ਵੜ ਜਾਣਾ ਜਦੋਂ ਬਾਰਿਸ਼ ਆਉਂਦੀ ਆ ਆਪਲ ਤੂੰ ਆ ਟਾਲੀ ਤੋਂ ਥੱਲੇ ਆ ਜਾਣਾ ਇਹਦੇ ਉੱਤੇ ਚੜ ਜਾਣਾ ਇੰਨਾ ਕਿ ਤੇਰਾ ਸਫਰ ਆ ਲੈ ਨਾ ਬੰਦਰ ਯਾਰ ਉੱਤੇ ਜਾਣਾ ਆ ਆ ਕਮਰਾ ਆ ਅਸੀਂ ਅੰਦਰ ਚੱਲ ਜਾਈਦਾ ਆ ਅੰਦਰ ਤੈਨੂੰ ਕਿਤੇ ਅੰਦਰ ਹੀ ਚੱਲ ਜਾ ਇੱਥੇ ਕੇਸ ਵੀ ਸਹੀ ਨਹੀਂ ਹੁੰਦਾ ਨਹੀਂ ਤੇ ਤੂੰ ਅੰਦਰ ਹੀ ਰਵੇਂ ਕਿਤੇ ਗੱਲ ਕਰਨੇ ਆ ਤੇ ਬੰਦੀਆਂ ਜਾ ਕੰਮ ਕਰ ਜਾ ਕੇ ਉੱਠ ਕੇ ਕਿਹੜੇ ਬੰਦੇ ਨਾਲ ਮੈਂ ਸਲਾਈ ਪੈ ਗਿਆ ਲੈ ਅੱਗੇ ਬੜਾ ਤੂੰ ਵਜ਼ੀਰਾ ਸਫੀਰਾ ਨਾ ਬੈਂਦਾ ਜਾ ਕੇ ਕਦੀ ਤੂੰ ਪੈਂਪਰਾਂ ਦਾ ਨਾਂ ਲੈਣਾ ਕਦੀ ਨਾਂ ਸਿੱਖੇ ਕਿਤੋਂ ਆ ਤੇਰੇ ਨਿਆਣੇ ਹੁਣੇ ਤੇ ਕੋ ਨਹੀਂ ਲਿਆ ਹੋਣਾ ਕਿਉਂ ਨਹੀਂ ਲਿਆ ਹੋਣਾ ਮੈਂ ਪੈਂਪਰ ਦੇ ਬੜਾ ਪੈਂਪਰ ਦਾ ਸਰਾਣਾ ਪਾੜ ਪਾੜ ਦੇਈ ਜਾਣਾ ਬਾਰ ਬਾਰ ਵਿਆਹ ਰੱਖੀ ਜਾ ਲਿਆ ਕਿਉਂ ਨਹੀਂ ਹੋਣਾ ਪੈਂਪਰ ਬੜਾ 25,000 ਦਾ ਵਾ ਹੈ 25,000 ਦਾ ਆ ਤੇ ਇਹ 25 ਰੁਪਏ ਦਾ ਨਹੀਂ ਲਿਆ ਹੋਣਾ ਤੇਰੇ ਕੋ ਜਾ ਕਰਾ ਲੈ ਵਿਆਹ ਤੂੰ ਭਾਈ ਲੈ ਭਾ ਭੱਲੀ ਮੈਂ ਤੈਨੂੰ ਵਿਆਹ ਤੇ ਸੱਦਣਾ ਵਾਂ ਅਨਵਰ ਤੈਨੂੰ ਵੀ ਤੇ ਤਾਜਿਆ ਤੈਨੂੰ ਵੀ ਸੱਦਣਾ ਵਾਂ ਇਹਨੂੰ ਮੈਂ ਨਹੀਂ ਉਹ ਸੱਦਣਾ ਤਿੰਨੇ ਜਣੇ ਮੇਰੀ ਨਸੀਹਤ ਯਾਦ ਰੱਖੀ ਭੱਲੀ ਤੁਸੀਂ ਰੋਟੀ ਆਪਣੀ ਲੈ ਕੇ ਜਾਣੀ ਹੈ ਇਹ ਮੈਂ ਤੈਨੂੰ ਦੱਸ ਦਵਾਂ ਇਹ ਬੰਦਾ ਭਾਵੇਂ ਰੋਟੀ ਦੇਵੇ ਭਾਵੇਂ ਨਾ ਦੇਵੇ ਕਿਉਂ ਨਾ ਦੇਵੇ ਘਰ ਆਇਆਂ ਨੂੰ ਰੋਟੀ ਦੇਈਦੀ ਆ ਪਰੌਣੇ ਬਣ ਕੇ ਆਉਣਾ ਤੇ ਵਿਆਹ ਖਾ ਕੇ ਬੋਰੀ ਤੁਸੀਂ ਆ ਜਾਣਾ ਏਦਾਂ ਨਾ ਵਿਆਹ ਵਾਲੇ ਤੇਰੀ ਕੜੀ ਲੱਗ ਜਾਂਦੀ ਹੁੰਦੀ ਅੰਦਰ ਹੋ ਜਾਂਦਾ ਉਹ ਕਿਹੜੀ ਗੱਲੋਂ ਅੰਦਰ ਮੈਂ ਕੀ ਗੱਲ ਮੈਂ ਵਿਆਹ ਦੇ ਉੱਤੇ ਅਸ਼ਤਬਾਜੀ ਮੈਂ ਚਲਾਉਣੀ ਆ ਅਸ਼ਤਬਾਜੀ ਚਲਾ ਜੋ ਮਰਜ਼ੀ ਚਲਾ ਬੜੇ ਸਕੂਨ ਵਾਲਾ ਵਿਆਹ ਕਰਨਾ ਵਾ
मेरे अबे ने कहा भी रीझां ला देनियां काका तेरे व्याह ते तेनू कुट के रीझां लाउणियां देते भाई जिन्ना करदा उते चढ़ा देना तू ਉਹਨੇ ਕਿਹਾ ਪੱਪੂ ਢੋਲ ਵਾਲਾ ਸੱਜਣਾ ਲਾਹੌਰ ਵਾਲਾ ਤੇਰੇ ਵਿਆਹ ਲੈ ਤੂੰ ਇਹ ਵੇਖ ਲਾ ਇਹਦੇ ਵਿਆਹ ਤੇ ਮਰੇ ਬੰਦੇ ਆ ਰਹੇ ਆ ਪੱਪੂ ਢੋਲ ਵਾਲਾ ਮਰ ਗਿਆ ਤੇਰੇ ਵਿਆਹ ਤੇ ਆਉਣ ਡਏ ਆ ਉਹ ਚਲੋ ਉਹਦਾ ਕੋਈ ਅੱਗੇ ਹੋਊਗਾ ਉਹ ਆਜੂਗਾ ਪੱਲੀ ਜਾਈ ਨਾ ਇਹਨੇ ਸਾਰੇ ਮੁਰਦਿਆਂ ਨੂੰ ਬੁਲਾਉਣਾ ਆ ਤੈਨੂੰ ਮੈਂ ਦੱਸ ਦਵਾਂ ਭਾ ਪੱਲੀ ਗੱਲ ਸੁਣ ਮੇਰੀ ਅੱਬੇ ਮੇਰੇ ਨੇ ਕਿਹਾ ਸੁਲਤਾਨ ਰਾਈ ਆਏਗਾ ਤੇਰੇ ਵਿਆਹ ਦੇ ਉੱਤੇ ਲੈ ਕੌਣ ਆਏਗਾ ਸੁਲਤਾਨ ਰਾਈ ਲੈ ਵੇਖ ਲਓ ਜੀ ਉਹ ਵੀ ਮਰ ਗਿਆ ਆ ਉਹ ਪੱਪੂ ਢੋਲ ਵਾਲੇ ਨੇ ਵੀ ਜਾਣਾ ਉਹ ਵੀ ਮਰ ਗਿਆ ਆ ਤੇ ਅੱਗੋ ਆ ਸੁਲਤਾਨੀ ਉਹ ਵੀ ਮਰ ਗਿਆ ਜਿਹੜੀ ਸਾਰੀ ਬਰਾਤ ਮੁਰਦਿਆਂ ਦੀ ਆਉਣੀ ਆ ਬੰਦੀ ਇਹਨੇ ਆ ਜਾਣਦੇ ਹੋਇਆ ਵੀ ਇਦਾਂ ਤੇ ਭਾਵੇਂ ਤੂੰ ਤਿੰਨ ਕਬਰਸਤਾਨ ਬੁਲਾ ਲਾ ਤੇਰਾ ਖਰਚਾ ਹੀ ਨਹੀਂ ਹੋਣਾ ਜਦੋਂ ਮੁਰਦਿਆਂ ਨੇ ਕੁਝ ਖਾਣਾ ਹੀ ਨਹੀਂ ਤੇ ਤੂੰ ਭਾਵੇਂ 20 ਵਿਆਹ ਰੱਖ ਲਾ ਫਿਰ ਡੇਮੂ ਤੇਰੇ ਵਿਆਹ ਦਾ ਵੀ ਜਿੱਤੇ ਮਰੇ ਬੰਦੇ ਆਉਣ ਡੇ ਮਰਿਆ ਤੂੰ ਆਉਣਾ ਸੀ ਸਿਰਫ ਹੋਰ ਕੋਈ ਨਹੀਂ ਮਰੇ ਸਾਰੇ ਵੀ ਸੁਲਤਾਨ ਰਹੇ ਵੀ ਮਰਿਆ ਓ ਯਾਰ ਉਹਦੇ ਮੁੰਡੇ ਨੂੰ ਸੱਦਣਾ ਮੈਨੂੰ ਨਾਂ ਨਹੀਂ ਆਉਂਦਾ ਉਹਦਾ ਉਹਦੇ ਮੁੰਡੇ ਨੂੰ ਸੱਦਣਾ ਵਿਆਹ ਦੇ ਉੱਤੇ ਓ ਯਾਰ ਤੇਰੇ ਸੁਲਤਾਨ ਰਹੇ ਵਾਕਿਫ ਨਹੀਂ ਮੁੰਡਾ ਕਿੱਦਾਂ ਮਰ ਜੂ ਮੁੰਡਾ ਕਿਹੜਾ ਤੇਰੇ ਘਰ ਅਖਬਾਰ ਸਿੱਟਦਾ ਆ ਅੱਜ ਸਵੇਰੇ 6 ਵਜੇ ਅਖਬਾਰ ਸਿੱਟਦਾ ਨਵਾਏ ਮੱਗੇ ਤੇ ਹੱਦ ਹੋ ਗਈ ਹੈ ਤੇਰੀ ਹੱਦ ਤੇਰੇ ਤੇ ਚੰਗਾ ਹੋਣਾ ਹੀ ਨਹੀਂ ਭਾ ਮੈਂ ਤੈਨੂੰ ਇੰਨਾ ਕੁ ਦੱਸ ਦਿਆਂ ਗੱਲ ਇਹ ਕਿ ਅੱਬੇ ਮੇਰੇ ਨੇ ਕਿਹਾ ਮੁੰਡਿਆ ਤੇਰੇ ਵਿਆਹ ਦੇ ਉੱਤੇ ਲੈਮੋਜ਼ੀਨ ਗੱਡੀ ਵੱਡੀ ਗੱਡੀ ਸਜਾਉਣੀ ਆ ਵੱਡੀ ਲੈਮੋਜ਼ੀਨ ਬਣਾਉਣੀ ਆ ਤੇ ਲੈਮਨ ਬੋਤਲ ਦੇ ਪੈਸੇ ਨਹੀਂ ਦੇ ਹੁਣ ਡਏ ਉਹਨੇ ਪਰਸੋਂ ਇਹਨੂੰ ਬਿਠਾਇਆ ਸੀ ਪੱਲੀ ਉਹਦੇ ਪੈਸੇ ਨਹੀਂ ਦਿੱਤੇ ਉਹਨੇ ਬਿਠਾ ਲਿਆ ਇਹਨੂੰ ਲੈ ਬਿਠਾ ਲਿਆ ਲੈਵਲ ਜੀ ਨੇ ਅੱਬੇ ਮੇਰੇ ਨੇ ਕਿਹਾ ਤੇਰੇ ਵਿਆਹ ਦੇ ਉੱਤੇ ਮੁੰਡਿਆ ਆਪਾਂ ਹਰਨੀਆਂ ਪਕਾਉਣੀਆਂ ਹਰਨੀਆਂ ਲੈ ਪੱਲੀ ਭਲਾ ਕਿਹੜੀਆਂ ਹਰਨੀਆਂ ਉਹ ਜਿਹੜੇ ਬੰਦੇ ਨੇ ਕਹਿੰਦੇ ਵੀ ਮੇਰੀ ਹਰਨੀ ਦਾ ਆਪਰੇਸ਼ਨ ਆ ਵੀ ਇਧਰੋਂ ਹਰਨੀ ਦੇ ਆਪਰੇਸ਼ਨ ਹੋਈ ਜਾਣੀ ਆ ਉਧਰੋਂ ਹਰਨੀਆਂ ਇਹਨੂੰ ਦੇਈ ਜਾਣੀ ਆ ਇਹਨੇ ਪਕਾ ਪਕਾ ਖਾਈ ਜਾਣੀ ਆ ਦੇਰ ਫਿੱਟੇ ਪੁੱਤਰ ਓਏ ਉਹ ਕਦੋਂ ਯਾਰ ਉਹ ਹਰਨੀਆਂ ਜਿਹੜੀਆਂ ਸ਼ੇਰ ਖਾਂਦਾ ਵਾ ਉਹਨਾਂ ਦੀ ਗੱਲ ਕਰਨ ਦਾ ਅੱਬੇ ਇਹਦੇ ਨਾਲ ਸ਼ੇਰ ਮੁਹੰਮਦ ਆ ਲੈ ਉਹਨੇ ਖਾਣੀ ਆ ਫਿੱਟੇ ਪੁੱਤਰ ਦੀ ਡਿਸ਼ ਤੇ ਵੇ ਵੱਡਾ ਹੋਟਲ ਕਰਾਉਣਾ ਨਹਿਰ ਦੇ ਉੱਤੇ ਵੱਡਾ ਵੱਡਾ ਹੋਟਲ ਆ ਵੀ ਸਿਰ ਦਰਵਾਜ਼ਾ ਲੱਗਾ ਆ ਕਹਿੰਦਾ ਕੀਤੀਆਂ ਇਹਨੇ ਜੇ ਹੋਟਲ 'ਚ ਇਹਦੀ ਬਰਾਤ ਇਹਨੇ 2000 ਰੁਪਇਆ ਕਹਿੰਦਾ ਵਰਤਣਾ 2500 ਰੁਪਇਆ ਉੱਥੇ ਇੱਕ ਬੰਦੇ ਦਾ ਲੈਂਦੇ ਆ ਹਾਂ ਤੇ 2500 ਇੱਕ ਬੰਦੇ ਦਾ ਲੈਂਦੇ ਤੇ ਇੱਕੋ ਹੀ ਰਹਿੰਦਾ ਉੱਥੇ ਤੇ 6 ਮਹੀਨੇ ਉਸ ਘਰ ਦਾ ਧਿਆਨ ਰੱਖਦਾ ਜਿਹਨੂੰ 2500 ਦਿੰਦੇ ਓਏ ਇਹਨੂੰ ਕੋਈ ਅਕਲ ਨਹੀਂ ਹੈਗੀ ਤੈਨੂੰ ਮੈਂ ਦੱਸ ਆਏ ਮੈਨੂੰ ਅਕਲ ਨਹੀਂ ਇਹ ਲੋਕਾਂ ਦੇ ਕੇਸ ਲੜਦਾ ਆ ਉੱਥੇ ਕਚਹਿਰੀਆਂ ਉੱਥੇ ਟੱਕ ਬਿਸਕੁਟ ਵੇਚਦਾ ਆ ਫਿੱਟੇ ਮੂੰਹ ਇਹਦਾ ਸਿਆਣੇ ਗੁਰਬਤ ਨੇ ਮਾਰ ਦਿੱਤੇ ਆ ਇਹ ਲੈਮੋਜ਼ੀਨ ਕਰਾਉਣ ਡਿਆ ਉਦੋਂ ਪਤਾ ਲੱਗਣਾ ਵੀ ਜਦੋਂ ਮੈਂ ਵਲੀਮਾ ਜਦੋਂ ਮੈਂ ਆਪਣੇ ਤੰਬੂਆਂ ਦੇ ਵਿੱਚ ਹੈਲੀਕਾਪਟਰ ਤੋਂ ਥੱਲੇ ਉਤਰਨਾ ਉਦੋਂ ਇਹਨੂੰ ਪਤਾ ਲੱਗਣਾ ਲੈ ਦੱਸ ਵੀ ਹੈਲੀਕਾਪਟਰ ਤੋਂ ਉਤਰਨਾ ਇਹ ਜਹਾਜ਼ ਆ ਇਹਨਾਂ ਦੇ 8 ਜੇ 8 ਭਲਾ ਜਹਾਜ਼ ਕਿਹੜੇ ਆ ਪੱਲੀ ਓਏ 8 ਭਰਾ ਚਾਚੇ ਤਾਇਆਂ ਦੇ ਪਾਊਡਰ ਪੀਂਦੇ ਆ ਉਹ ਜਹਾਜ਼ ਆ ਇਹਨਾਂ ਦੇ ਫਿੱਟੇ ਮੂੰਹ ਇਹਨਾਂ ਦੀ ਅਮੀਰਤ ਤੇ ਇਹ ਉਦਾਂ ਹੀ ਸੜੇ ਆ ਸਾਰੀ ਜ਼ਿੰਦਗੀ ਇਹਨੂੰ ਕਿਸੇ ਨੇ ਖਾਨਦਾਨ 'ਚ ਮੂੰਹ ਨਹੀਂ ਲਾਇਆ ਕਿਸੇ ਨੇ ਰਿਸ਼ਤਾ ਨਹੀਂ ਦਿੱਤਾ ਇਹਨੂੰ ਲੈ ਅਸੀਂ ਰਿਸ਼ਤਾ ਅਸੀਂ ਕਰਾਉਣਾ ਹੀ ਨਹੀਂ ਵਿਆਹ ਤੂੰ ਕਰਾਉਣਾ ਨਹੀਂ ਤੂੰ ਪੱਲੀ ਕਿੰਨੇ ਰਿਸ਼ਤੇ ਆਉਂਦੇ ਸੀ 7 ਲੱਖ ਦੀ ਖੇਡ ਆ 7 ਲੱਖ ਦੀ ਖੇਡ ਆ ਬਈ ਵਾ ਨਾਲ ਡੱਡੂ ਦਾ ਖਵਾਜਾ ਗਵਾ ਤੇ ਲੈ ਖਵਾਜਾ ਗਵਾ ਆ 3 ਰਿਸ਼ਤੇ ਪੱਲੀ ਨੂੰ ਆਏ ਆ ਹਾਂ ਤੇ ਪੱਲੀ ਨੇ ਪੈਰਾਂ 'ਚ ਪਾ ਕੇ ਵੇਖੇ ਨੂੰ ਪੂਰੇ ਨਹੀਂ ਆਏ ਤੇਰ ਬੇਟੇ ਨੂੰ ਤੇਰੇ ਰਿਸ਼ਤੇ ਤੇਰੇ ਵਾਲੇ ਰਿਸ਼ਤੇ ਉਹਨੂੰ ਕਿੱਦਾਂ ਆ ਗਏ ਹੈ ਓ ਯਾਰ ਜਵਾਨ ਜਹਾਨ ਆ ਉਹਨੂੰ ਕੀ ਹੋਇਆ ਆ ਆ ਹੁਣ ਤੂੰ ਵੇਖ ਤੇ ਆ ਵੇਲੇ ਸਰਈਆ ਖਾਨਮ ਲੱਗਣ ਡਈ ਬੇਟੀ ਲੈ ਤੈਨੂੰ ਮੈਂ ਹੁਣ ਭਾ ਭਲੇ ਗੱਲ ਦੱਸਦਾ ਤੇਰੇ ਤੋਂ ਬਗੈਰ ਮੈਂ ਜੰਜ ਲੈ ਕੇ ਜਾਣੀ ਤੇ ਚੱਲ ਜਾਵੇ ਮੇਰੇ ਤੋਂ ਬਗੈਰ ਭਾਈ ਮੈਂ ਕਿਹੜਾ ਵਾਜੇ ਵਾਲਾ ਆ ਮੈਂ ਵਾਜੇ ਵਾਲਾ ਤੇਰੇ ਨਾਲ ਜਾਣਾ ਤੂੰ ਜਾ ਲੈ ਜਾ ਮੈਂ ਜਾਣਾ ਪਹਿਲੇ ਮੈਂ ਸੋਚਿਆ ਸੀ ਮੇਰਾ ਯਾਰ ਮੇਰੇ ਨਾਲ ਜਾਊਗਾ ਅੱਗੇ ਅੱਗੇ ਪੈਸੇ ਦੇਊਗਾ ਪਰ ਹੁਣ ਤੇਰੇ ਤੋਂ ਬਗੈਰ ਹੀ ਜਾਊਗਾ ਤੂੰ ਭਾਈ ਮੇਰੇ ਤੋਂ ਬਗੈਰ ਚਲ ਜਾ ਮੈਂ ਜਾ ਮੈਂ ਆਇਆ ਤੂੰ ਮੈਨੂੰ 7 ਅਪ ਪੁੱਛੀ ਨਹੀਂ ਆ 7 ਅਪ ਰਗਣ ਤਾਂ ਰਹੇ ਆ ਹੁਣ ਠਹਿਰ ਜਾ ਜੇ 7 ਅਪ ਪੀ ਲਈ ਆ ਰਗਣ ਤਾਂ ਰਹੇ ਓਏ ਤੂੰ ਹੀ ਪੀ ਤੈਨੂੰ ਇਹ ਵੀ ਨਹੀਂ ਪਤਾ ਤੇਰੇ ਤੋਂ ਬਗੈਰ ਜੰਜ ਲੈ ਕੇ ਜਾਊਂਗਾ ਪੂਰੀ ਗਲੀ ਚਸ਼ਤਬਾਜੀ ਹੋਊਗੀ ਆ ਜਾ ਲੈ ਜਾ ਭਾਈ ਜਾ ਟਾਕਿਆਂ ਛੁਰਲੀਆਂ ਦੀਆਂ ਆਵਾਜ਼ਾਂ ਤੇਰੇ ਕੰਨਾਂ 'ਚ ਪੈਣਗੀਆਂ ਤੈਨੂੰ ਪਤਾ ਲੱਗੂ ਕਿ ਮੇਰੇ ਕੰਨਾਂ 'ਚ ਕਿਉਂ ਪੈਣੀਆਂ ਤੂੰ ਜਾ ਕੇ ਆਪਣੇ ਸਿਆਣਿਆਂ ਦੇ ਕੰਨਾਂ 'ਚ ਪਾ ਜਿਹਨਾਂ ਨੇ ਤੈਨੂੰ ਜੰਮਿਆ ਆ ਤੇ ਤੇਰੇ ਕੰਨ ਬੋਲੇ ਆ ਨਹੀਂ ਮੇਰੇ ਕਾਹਦੇ ਪਾਉਣੇ ਆ ਮੇਰੀ ਜਾਂ ਤੇ ਤੂੰ ਪੈਸੇ ਲੁੱਟਣ ਵੀ ਨਾ ਆਈ ਮੈਂ ਪੈਸੇ ਉਹ ਤਾਂ ਸਿੱਟਣੇ ਹੀ ਕਿਸੇ ਨੇ ਨਹੀਂ ਹੈਗੇ ਆ ਯਾਰੀ ਦੋਸਤ ਤੇ ਤੁਹਾਡੇ ਕੋਲ ਤਾਂ ਗਾਨਾ ਖੇਲਣ ਵਾਲਾ ਠੀਪਾ ਨਹੀਂ ਲੱਭਣਾ ਪੂਰੇ ਖਾਨਦਾਨ 'ਚ ਇੰਨੀ ਗੁਰਬਤ ਆ ਤੁਹਾਡੇ ਖਾਨਦਾਨ ਦੇ ਵਿੱਚ ਆ ਮਾਰਿਆ ਕੁਕੜ ਮੈਂ ਤੇਰੇ ਲਈ ਭੇਜਾਂਗਾ ਉਹ ਕਰਕੇ ਖਾ ਲਈ ਨੂੰ ਬਕਵਾਸ ਕਰ ਚੱਲ ਕੰਮ ਕਰ ਜਾ ਕੇ ਬਕਵਾਸ ਕਰ ਗੱਲਾਂ ਕਰਨ ਦੇ ਆ ਤੂੰ ਬਹੁਤੀਆਂ ਬੜਾ ਸੋਚਿਆ ਇਹ ਤਾਂ ਬੜੀ ਅੱਜ ਤੋਂ ਬਾਅਦ ਮੈਂ ਤੇ ਸੋਚਿਆ ਸੀ ਵੀ ਯਾਰ ਆਪਣੇ ਨੂੰ ਸੱਦਾ ਦੇ ਲਵਾਂ ਨਹੀਂ ਸੱਦਾ ਤੂੰ ਮੈਨੂੰ ਨਾ ਦੇ ਜਾ ਕੰਮ ਕਰ ਜਾ ਕੇ ਮੁੱਕ ਗਈ ਯਾਰੀ ਦੋਸਤੀ ਗੱਲਾਂ ਕਰਨ ਦੇ ਆ ਬਹੁਤੀਆਂ ਤੂੰ ਗੱਲਾਂ ਤੂੰ ਤੇਰੇ ਮੈਂ ਵਿਆਹ ਜਾਣਾ ਆ
मेरी गली च भी ना दिसी उस दिन मैं गली च की कुत्ता आया भी तेरी गली तक गिजिया मैं तां ना नाम ते नहीं पौना तेरी गली ते मैं लत भी ला दूं तेनु इन्नी के गली आ जनाजा मेरे लिए जा सकदे ओ भी आ जांदा आ ऐसा बिटे मु तेरी गली दा भी लख लाने तेरी गली ते